ਦੇ ਰਾਤੀ ਬੜੇ ਪਿਆਰ ਦੇ ਨਾਲ ਸੁਣਿਆ ਜੋ ਭੈਣਾਂ ਆਈਆਂ ਸੀ ਪੂਰੀਆਂ ਉਹਨਾਂ ਨੂੰ ਪਤਾ ਜਾਂ ਮਿਲ ਆਏ ਸੀ ਕਿ ਬੱਚਿਆਂ ਨੇ 100% ਕਾਰਡ ਕਰਨਾ ਸੀ ਪਰ ਵੱਡੇ ਸੰਗਤ ਆਪਣੇ ਘੱਟ ਸੀ ਅਤੇ ਮੈਂ ਵੱਡਿਆਂ ਨੂੰ ਹੁਣ ਫਿਰ ਇੱਕ ਗੱਲ ਦੱਸ ਇਹੀ ਗੱਲ ਮੈਨੂੰ ਅਸਲ ਵਿੱਚ ਜੋ ਸਾਡਾ ਮਨ ਹੈ ਇਹ ਹਮੇਸ਼ਾ ਹੀ ਸਾਨੂੰ ਖੁਸ਼ ਰੱਖਣਾ ਚਾਹੀਦਾ ਮਨ ਸਾਡਾ ਚਾਹੁੰਦਾ ਹੈ ਅਸੀਂ ਹਮੇਸ਼ਾ ਖੁਸ਼ ਅਤੇ ਜਿਹੜੇ ਕੰਮ ਇੰਦਿਆਂ ਸਾਨੂੰ ਦੁੱਖ ਹੋਣਾ ਹੁੰਦਾ ਹੈ ਨਾ ਉਹ ਮਨ ਨਹੀਂ ਕਰਦੇ ਜਿਹੜੇ ਕੰਮ ਕੀਤਿਆਂ ਲੱਗਦਾ ਹੈ ਕਿ ਇਹ ਸਰੀਰ ਦੀ ਮਿਹਨਤ ਲੱਗਣੀ ਇਹ ਸਾਨੂੰ ਖੁਸ਼ ਰੱਖਣਾ ਚਾਹੁੰਦਾ ਮਤਲਬ ਕਿ ਇਹ ਮਨ ਹੈ ਜਿਹੜਾ ਇਹ ਸਾਡਾ ਦੋਸਤ ਤੇ ਹੈ ਪਰ ਸਿਆਣਾ ਸਿਆਣਾ ਹੁਣ ਤੁਹਾਡਾ ਦੋਸਤ ਹੋਵੇ ਤੇ ਦੋਸਤ ਤੁਹਾਡਾ ਸਿਆਣਾ ਨਾ ਹੋਵੇ ਤਾਂ ਕੀ ਕਰੇ ਕੀ ਕਰਨਾ ਦੋਸਤ ਤੇ ਹੈ ਸਾਡਾ ਪੱਕਾ ਦੋਸਤ ਦੋਸਤੀ ਵੀ ਛੱਡ ਨਹੀਂ ਸਕਦਾ ਪਰ ਦੋਸਤ ਮੂਰਖ ਹੈ ਪਰ ਮੂਰਖ ਦੋਸਤ ਨਹੀਂ ਉਸ ਮੂਰਖ ਦੋਸਤ ਨੂੰ ਵਾਰ ਵਾਰ ਸਮਝਾਉਣਾ ਪਵੇ ਵਾਰ ਵਾਰ ਸਮਝਾਉਣਾ ਪਵੇ ਨਹੀਂ ਏਦਾਂ ਨਹੀਂ ਏਦਾਂ ਕਰਨਾ ਜਦੋਂ ਤੁਸੀਂ ਦੋਸਤ ਨੂੰ ਸਮਝਾਓਗੇ ਹੁਣ ਦੋਸਤ ਤੁਹਾਡੇ ਤੇ ਹੈਗੀ ਨਹੀਂ ਹੋਵੇਗਾ ਤੁਸੀਂ ਦੋਸਤ ਦੇ ਹਾਵੀ ਨਹੀਂ ਸਮਝਾਓਗੇ ਮੂਰਖ ਦੋਸਤ ਦੇ ਪਿੱਛੇ ਲੱਗ ਜਾਓਗੇ ਤੇ ਮੁਸੀਬਤਾਂ ਹੀ ਮੁਸੀਬਤਾਂ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਔਰ ਮਨ ਮੂਰਖ ਦੋਸਤ ਔਰ ਇਸ ਲਈ ਜੇਕਰ ਇਸ ਮਨ ਨੂੰ ਸਮਝਾ ਲਿਆ ਜਾਵੇ ਮਨ ਵੇਦਿਆ ਚਰਨਾਰ ਬਿਨ ਕਿ ਹੇ ਮੇਰੇ ਮਨ ਤੂੰ ਇੱਧਰ ਉੱਧਰ ਨਹੀਂ ਲੱਗਣਾ ਤੂੰ ਆ ਮੋਬਾਈਲ ਫੋਨਾਂ 'ਚ ਹੀ ਲੱਗਾ ਰਹੇ ਤੂੰ ਟੀ ਵੀ ਦੇ ਵਿੱਚ ਹੀ ਲੱਗਾ ਰਹੇ ਤੂੰ ਕਿਤੇ ਸੜਕ 'ਤੇ ਤੁਰੇ ਜਾਂਦਿਆਂ ਪੀਜ਼ੇ ਬਰਗਰ ਟਿੱਕੀਆਂ ਦੀ ਦੁਕਾਨ 'ਤੇ ਵੀ ਤੂੰ ਉੱਥੇ ਕਰੇ ਨਹੀਂ ਇਹ ਕੰਮ ਨਹੀਂ ਕਰਨਾ ਵੈਸੇ ਅਸੀਂ ਮਨ ਦੀ ਗੱਲ ਜ਼ਿੰਦਗੀ ਦੀ ਇਹ ਗੱਲਾਂ ਅਸੀਂ ਰਾਤ ਦੇ ਦੀਵਾਨ 'ਚ ਕਰਾਂਗੇ ਕਿਉਂਕਿ ਹੁਣ ਸਮਾਂ ਆਪਣਾ ਸਮਾਪਤ ਹੈ ਮਨ ਦੇ ਅਸੀਂ ਸ਼ਾਮ ਨੂੰ 6 ਵਜੇ ਤੋਂ ਲੈ ਕੇ 6:30 ਤੋਂ 7:30 ਤੱਕ ਦਾ ਜੋ ਆਪਣਾ ਟਾਈਮ ਹੈ ਉਹਦੇ ਵਿੱਚ ਅਸੀਂ ਵਿਸਥਾਰ ਦੇ ਨਾਲ ਇਸ ਚੀਜ਼ ਨੂੰ ਸਮਝਾਂਗੇ ਪਰ ਕਿੰਨਾ ਸਮਝ ਲਈਏ ਕਿ ਜਦੋਂ ਮਨ ਨੂੰ ਗੁਰਬਾਣੀ ਦਾ ਤੁਸੀਂ ਗਿਆਨ ਦੇ ਦਿੱਤਾ ਫਿਰ ਇਹੀ ਮਨ ਹੈ ਜਿਹੜਾ ਇਹ ਮੂਰਖ ਨਹੀਂ ਹੈ ਇਹ ਮਨ ਮਤਾਨ ਨਹੀਂ ਰਹੇਗਾ ਫਿਰ ਇਹ ਮਨ ਐਸਾ ਹੋ ਜਾਏਗਾ ਜੋ ਗੁਰਬਾਣੀ ਨੇ ਕਿਹਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਨਸ਼ਾ ਇਹ ਮਨ ਫਿਰ ਪਰਮਾਤਮਾ ਦੀ ਜੋਤ ਬਣ ਜਾਏਗਾ ਫਿਰ ਇਹ ਅਵਸਥਾ ਹੋ ਜਾਏਗੀ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਨੂੰ ਫਿਰ ਇਹ ਮਨ ਗੁਰੂ ਦੇ ਨਾਲ ਜੁੜ ਜਾਏ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਜਦੋਂ ਮਨੁੱਖ ਕਿਸੇ ਮਨੁੱਖ ਤੇ ਆਸ ਰੱਖਦਾ ਹੈ ਉਹਦੀ ਆਸ ਟੁੱਟਦੀ ਔਰ ਜਦੋਂ ਕਿਸੇ ਦੀਆਂ ਆਸਾਂ ਟੁੱਟ ਜਾਣ ਉਦੋਂ ਬਾਅਦ ਜਰਾ ਸੋਚਿਓ ਆਪ ਕੀਰਤੀ ਹੈ ਤਾਂ ਜਿੰਨੇ ਲੋਕ ਆਤਮ ਹੱਤਿਆ ਕਰਦੇ ਆ ਉਹ ਇਸੇ ਕਰਕੇ ਕਰਦੇ ਆ ਔਰ ਛੋਟੀਆਂ ਛੋਟੀਆਂ ਚੀਜ਼ਾਂ 'ਚ ਹੀ ਸਾਡੀਆਂ ਆਸਾਂ ਕਈ ਵਾਰ ਟੁੱਟ ਜਾਂਦੀਆਂ ਅਤੇ ਜ਼ਰਾ ਸੋਚਿਓ ਜਿਸ ਦੀ ਆਸ ਪਰਮਾਤਮਾ 'ਤੇ ਜੁੜ ਜਾਏ ਉਹਦੀ ਆਸ ਫਿਰ ਵੱਡੀਆਂ ਵੱਡੀਆਂ ਮੁਸ਼ਕਲਾਂ 'ਚ ਵੀ ਜਾ ਕੇ ਨਹੀਂ ਟੁੱਟਦੀ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਂਗ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਂਗ ਉਹ ਸਾਰਾ ਪਰਿਵਾਰ ਸ਼ਹੀਦ ਕਰਾ ਕੇ ਮਾਛੀ ਵਾਲੇ ਦੇ ਜੰਗਲਾਂ ਦੇ ਵਿੱਚ ਵੀ ਰੱਬ ਦੇ ਗੁਣ ਪਾਉਂਦਿਆਂ ਆਨੰਦ ਰਹੇ ਸਨ ਉਹਦੀ ਆਸ ਕਿਉਂਕਿ ਮਨ ਪ੍ਰਭੂ ਦੇ ਚਰਨਾਂ 'ਚ ਲੱਗ ਗਿਆ ਹੁਣ ਆਸ ਵੱਡੀ ਔਰ ਉਹਨੇ ਸਮਝ ਲਓ ਸਭ ਕੁਝ ਖੱਟ ਵਿਖਿਆ ਉਹ ਨਾ ਸਕਦੇ ਮਿਲ ਸਾਧੂ ਗੁਣ ਗਾਓ ਅਤੇ ਗੁਰੂ ਸਾਹਿਬ ਕਹਿੰਦੇ ਆ ਜੇਕਰ ਤੁਸੀਂ ਗੁਰਬਾਣੀ ਦੇ ਨਾਲ ਜੁੜ ਗਏ ਫਿਰ ਤੁਹਾਨੂੰ ਜੋ ਦੁਨੀਆਂ ਦੀ ਜੈ ਜੋ ਬੁਰੇ ਵਿਚਾਰ ਇਹ ਬੁਰੇ ਵਿਚਾਰ ਫਿਰ ਤੁਹਾਡੇ ਮਨ 'ਚ ਨਹੀਂ ਨਹੀਂ ਤਾਂ ਕੀ ਹੁੰਦਾ ਹੈ ਤੁਸੀਂ ਸਾਰੇ ਅਸੀਂ ਸਿਆਣੇ ਲੋਕ ਬੈਠੇ ਹਾਂ ਮਾਫ ਕਰਨਾ ਜਦੋਂ ਅਸੀਂ ਇਕੱਲੇ ਬੈਠੇ ਹੁੰਦੇ ਹਾਂ
ਸਾਡੇ ਸਾਰਿਆਂ ਦੇ ਅੰਦਰ ਨਿਰਾਸ਼ਾ ਹੋ, ਸਾਰਿਆਂ ਦੇ ਅੰਦਰ ਸਾਡੇ ਬੁਰੇ ਵਿਚਾਰ। ਅਸਲ ਵਿੱਚ ਜਦੋਂ ਬੰਦੇ ਦਾ ਮਨ ਪ੍ਰਭੂ ਦੇ ਨਾਲ ਜੁੜ ਗਿਆ, ਇਹ ਫਿਰ ਉਹ ਪੌੜੀ ਬਣ ਜਾਂਦੀ ਹੈ ਜਿਸ ਤੇ ਨਿਰੰਤਰ ਅੱਗੇ ਚੜ੍ਹਨਾ, ਕਿਉਂਕਿ ਪੌੜੀ ਤੇ ਇੱਕੋ ਹੀ ਹੁੰਦੀ ਹੈ, ਚਾਹੇ ਉਹਦੇ ਰਾਹੀਂ ਤੁਸੀਂ ਥੱਲੇ ਉੱਤਰੋ ਚਾਹੇ ਉੱਪਰ ਚੜ੍ਹੋ, ਪੌੜੀਆਂ ਕੋਈ ਦੋ ਤਿੰਨ ਚਾਰ ਪੌੜੀ ਹੁੰਦੀ, ਪੌੜੀ ਇੱਕ ਹੀ ਹੁੰਦੀ। ਤੁਸੀਂ ਉਸ ਪੌੜੀ ਰਾਹੀਂ ਉੱਪਰ ਵੀ ਚੜ੍ਹ ਸਕਦੇ ਹੋ ਤੇ ਤੁਸੀਂ ਉਸ ਪੌੜੀ ਰਾਹੀਂ ਹੇਠਾਂ ਵੀ ਉੱਤਰ ਸਕਦੇ ਹੋ, ਪੌੜੀ ਇੱਕੋ ਹੀ। ਇਸੇ ਤਰ੍ਹਾਂ ਹੀ ਇਹ ਮਨ ਸਾਡਾ ਫਿਰ ਐਸੀ ਪੌੜੀ ਬਣ ਜਾਂਦਾ ਹੈ, ਇਹ ਫਿਰ ਉੱਪਰ ਹੀ ਚੜ੍ਹਦਾ, ਨੀਚੇ ਨਹੀਂ ਆਉਂਦਾ। ਔਰ ਗੁਰੂ ਸਾਹਿਬ ਕਹਿੰਦੇ ਆ ਵਿਖਿਆ ਉਹ ਨਾ ਸਹੀ, ਵਿਖਿਆ ਦਾ ਮਤਲਬ ਹੈ ਮਾਇਆ, ਔਰ ਫਿਰ ਉਸ ਮਨੁੱਖ ਨੂੰ ਮਾਇਆ ਖਰਾਬ ਨਹੀਂ ਕਰ ਸਕਦੀ, ਕਿਉਂਕਿ ਮਾਇਆ ਹੈ ਜਿਹੜੀ ਇਹ ਕੋਈ ਰੱਬ ਦਾ ਗੁਣ ਨਹੀਂ। ਮਾਇਆ ਕੀ ਹੈ? ਸਾਡੇ ਅੰਦਰ ਦਾ ਇੱਕ ਕੰਫਿਊਜ਼ਨ, ਇੱਕ ਭਰਮ। ਇਹ ਭਰਮ ਖਤਮ ਹੋ ਜਾਵੇ ਤੇ ਇਨਸਾਨ ਜ਼ਿੰਦਗੀ 'ਚ ਬਹੁਤ ਕੁਛ ਕਰ ਲੈਂਦਾ ਹੈ। ਪਰ ਮੈਂ ਮਾੜਾ ਜਿਹਾ ਦੱਸ ਦੇਵਾਂ ਮਾਇਆ ਕੀ। ਵੈਸੇ ਅਸੀਂ ਹੁਣ ਜ਼ਿਆਦਾ ਟਾਈਮ ਨਹੀਂ ਲਾਉਣਾ, ਮਾਇਆ ਕੀ ਮੰਨ ਲਓ, ਤੁਹਾਡਾ ਇੱਕ ਬੱਚਾ ਹੈ, ਛੋਟਾ ਹੈ, ਉਹ ਬੱਚਾ ਕਹਿੰਦਾ ਮਾਂ ਮੇਰੇ ਕੋਲ ਅੰਗਰੇਜ਼ੀ ਨਹੀਂ ਆਉਂਦੀ, ਮੈਂ ਅੰਗਰੇਜ਼ੀ ਦਾ ਕੰਮ ਨਹੀਂ ਕਰ ਸਕਦਾ। ਹੁਣ ਇਹਦੇ ਵਿੱਚ ਦੋ ਚੀਜ਼ਾਂ ਹੈ, ਇੱਕ ਤੇ ਅਸੀਂ ਇਹ ਕਹਿ ਦਈਏ ਨਹੀਂ ਕਰ ਸਕਦਾ, ਠੀਕ ਹੈ, ਹਾਂ ਵਾਕਈ ਅੰਗਰੇਜ਼ੀ ਬੜੀ ਔਖੀ ਹੈ, ਤੂੰ ਨਹੀਂ ਕਰ ਸਕਦਾ, ਇਹ ਤੇਰੇ ਵੱਸ ਦਾ ਰੂਪ ਨਹੀਂ। ਤੇ ਦੂਜਾ ਅਸੀਂ ਕਹੀਏ ਨਹੀਂ ਤੂੰ ਕਰ ਸਕਦਾ, ਚੱਲ ਲਿਆ ਤੈਨੂੰ ਮੈਂ ਸਿਖਾਉਣਾ, ਦੋਵੇਂ ਕੰਮ ਹੋ ਸਕਦੇ ਆ ਨਾ ਜੀ। ਤੇ ਜਦੋਂ ਤੁਸੀਂ ਕਿਹਾ ਚੱਲ ਤੈਨੂੰ ਮੈਂ ਸਿਖਾਉਣਾ, ਆ ਇਤਰੇ ਇੰਨਾ ਸੌਖਾ ਕੰਮ ਹੈ, ਆਪ ਨਹੀਂ ਕਰਦੇ। ਤੇ ਬੱਚੇ ਨੂੰ ਜਦੋਂ ਤੁਸੀਂ ਦੋ ਦਿਨ ਬਿਠਾਇਆ ਤੇ ਉਹ ਕੰਮ ਬੱਚਾ ਸਿੱਖ ਗਿਆ, ਉਦੋਂ ਬਾਅਦ ਉਹ ਬੱਚਾ ਕਹਿੰਦਾ ਹੁਣ ਮੈਂ ਕਰ ਲਵਾਂਗਾ, ਹੁਣ ਤੁਹਾਡੀ ਲੋੜ ਨਹੀਂ, ਆਪੇ ਕਰ ਲਵਾਂਗਾ। ਇਹਦਾ ਮਤਲਬ ਬੱਚੇ ਦੇ ਅੰਦਰ ਦਾ ਤੁਸੀਂ ਕਨਫਿਊਜ਼ਨ ਖਤਮ ਕਰ ਦਿਓ। ਗੁਰੂ ਸਾਡੇ ਅੰਦਰ ਦੇ ਕਨਫਿਊਜ਼ਨ ਖਤਮ ਕਰਦਾ ਜਦੋਂ ਗੁਰੂ ਦੇ ਨਾਲ ਮਿਲਦੇ ਹਾਂ, ਗੁਰਬਾਣੀ ਦੇ ਗੁਰੂ ਦੇ ਗੁਣ ਗਾਈਦੇ ਆ, ਤੇ ਅੰਦਰੋਂ ਇਹ ਚੀਜ਼ ਖਤਮ ਹੋ ਜਾਂਦੀ ਹੈ ਕਿ ਮੈਂ ਕੁਛ ਨਹੀਂ ਕਰ ਸਕਦਾ, ਤੇਰੇ ਆਉਂਦਾ ਮੈਂ ਸਭ ਕੁਛ ਕਰ ਸਕਦਾ, ਕਿਉਂਕਿ ਉਹ ਗੁਰੂ ਉਹ ਪਰਮਾਤਮਾ ਮੇਰੇ ਨਾਲ ਹੈ। ਇਹ ਚੀਜ਼ਾਂ ਮੈਂ ਸੰਖੇਪ 'ਚ ਦੱਸ ਰਿਹਾ, ਰਾਤ ਦੇ ਦੀਵਾਨ 'ਚ ਅਸੀਂ ਵਿਸ਼ੇਸ਼ ਰੂਪ 'ਚ ਦੱਸਾਂਗੇ, ਬਸ ਤੁਸੀਂ ਰਾਤ ਨੂੰ ਆ ਜਾਇਓ, ਕਿਉਂਕਿ ਮੈਨੂੰ ਵੀ ਪਤਾ ਤੁਹਾਡੇ ਜ਼ਰੂਰੀ ਕੰਮ ਵੀ ਹੋ ਸਕਦੇ ਆ, ਭੈਣਾਂ ਦਾ ਵੀ, ਰੋਟੀ ਪਾਣੀ ਦਾ, ਵੀਰਾਂ ਦਾ ਵੀ। ਪਰ ਜੇਕਰ ਆ ਇੱਕ ਰਾਤ ਦਾ ਅਤੇ ਇੱਕ ਕੰਮ ਸਵੇਰ ਦਾ ਦੀਵਾਨ ਹੈ, ਉਹਦੇ ਜਾਓਗੇ ਤੇ ਕਈ ਚੀਜ਼ਾਂ ਇਹਨਾਂ ਦੀਵਾਨਾਂ ਸੁਣ ਜਾਂਦੇ। ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ, ਜਿਸ ਪਰਮਾਤਮਾ ਤੋਂ ਜਨਮ ਲਿਆ ਉਸੇ ਹੀ ਪਰਮਾਤਮਾ ਜੋ ਸਮਾ ਗਿਆ ਉਹਦਾ ਜੀਵਨ ਸਫਲ ਹੋ ਗਿਆ, ਕਿਉਂਕਿ ਇਸ ਜਗ੍ਹਾ ਤੇ ਮਾਫ ਕਰਨਾ। ਅੱਜ ਸਾਨੂੰ ਐਵੇਂ ਲੱਗਦਾ ਹੈ ਕਿ ਘਰ ਦੇ ਕੰਮ ਬੜੇ ਗੁਰਦੁਆਰੇ ਤੇ ਅਸੀਂ ਤੋਂ ਹੀ ਆਉਂਦੇ ਹਾਂ, ਕੱਲ ਮੈਂ ਨਾਮ ਨਹੀਂ ਲਵਾਂਗਾ, ਚੰਡੀਗੜ੍ਹ ਦੇ ਬਹੁਤ ਵੱਡੇ ਗੁਰਦੁਆਰਾ ਸਾਹਿਬ 'ਚ ਬੈਠਾ ਸੀ, ਉੱਥੋਂ ਦੇ ਭਾਈ ਸਾਹਿਬ ਨੂੰ, ਅਤੇ ਮੈਂ ਕਹਿ ਰਿਹਾ ਸੀਗਾ ਇੱਥੇ ਸੰਗਤ ਕਦੋਂ ਆਉਂਦੀ, ਭਾਈ ਸਾਹਿਬ ਕਹਿੰਦੇ ਜਦੋਂ ਕਿਸੇ ਦਾ ਭੋਗ ਹੁੰਦਾ ਹੈ ਨਾ, ਕਿਸੇ ਦਾ ਉਪਰਾਲਾ, ਕੋਈ ਬੰਦਾ ਮਰ ਗਿਆ ਅਤੇ ਉਦੋਂ ਹੀ ਜ਼ਿਆਦਾ ਲੋਕ ਆਉਂਦੇ ਆ, ਉੱਦਾਂ ਕੋਈ ਨਹੀਂ ਕਹਿ ਰਹੇ ਸੀ ਭਾਈ ਸਾਹਿਬ। ਅਤੇ ਮੈਂ ਕਹਿ ਰਿਹਾ ਸੀ ਉਦੋਂ ਫਿਰ ਜਿਹੜੇ ਆਉਂਦੇ ਆ, ਜਰਾ ਦੱਸਿਓ ਜੀ, ਉਹ ਫਿਰ ਗੁਰੂ ਨੂੰ ਮਿਲਣ ਆਉਂਦੇ ਆ ਜਾਂ ਉਹ ਨੱਕ ਰੱਖਣ ਲਈ ਆਉਂਦੇ ਆ ਕਿ ਹੁਣ ਉਹ ਮਰ ਗਿਆ ਹੁਣ ਜਾਣਾ ਹੀ ਪੈਣਾ, ਉਹ ਗੁਰੂ ਨੂੰ ਮਿਲਦਾ ਹੈ ਜਾਂ ਉਸੇ ਬੰਦੇ ਲਈ। ਇਸ ਲਈ ਜ਼ਿਆਦਾ ਜਿਹੜੇ ਲੋਕ ਨੇ ਉਹ ਦੁਨਿਆਵੀ ਕੰਮਾਂ 'ਚ ਹੀ ਪਏ, ਦੁਨਿਆਵੀ ਕੰਮ, ਇਹ ਨਹੀਂ ਅਸੀਂ ਕਹਿੰਦੇ ਜ਼ਰੂਰੀ ਨਹੀਂ, ਪਰ ਦੁਨਿਆਵੀ ਕੰਮਾਂ ਤੋਂ ਗੁਰੂ ਜ਼ਿਆਦਾ ਜ਼ਰੂਰੀ। ਦੁਨਿਆਵੀ ਕੰਮ ਤਾਂ ਕਦੇ ਵੀ ਹੋ ਜਾਣਗੇ, ਆਹ ਸਾਰੀ ਚੀਜ਼ ਇੱਦਾਂ। ਜ਼ਰਾ ਮੈਨੂੰ ਦੱਸਿਓ, ਤੁਹਾਡੇ ਘਰ 'ਚ ਛੋਟਾ ਬੱਚਾ ਹੈ, ਛੋਟਾ ਬੱਚਾ ਰੋ ਰਿਹਾ ਹੈ, ਤੁਸੀਂ ਕੀ ਕਰੋ? ਛੋਟਾ ਬੱਚਾ ਰੋ ਰਿਹਾ ਅਤੇ ਮਾਂ ਨੇ ਕੰਮ ਕਰਨਾ ਹੈ, ਕੀ ਕਰੋ? ਛੋਟੇ ਬੱਚੇ ਨੂੰ ਖਿਡਾਉਣਾ, ਅਤੇ ਬੱਚਾ ਕੀ ਕਰਦਾ? ਖਿਡਾਉਣੇ 'ਚ ਹੀ ਕਈ ਵਾਰ ਐਸਾ ਮਸਤ ਹੋ ਜਾਂਦਾ ਹੈ, ਹੁਣ ਉਹ ਮਾਂ ਨੂੰ ਭੁੱਲ ਜਾਂਦਾ। ਜ਼ਰਾ ਦੱਸਿਓ ਜੀ, ਖਿਡਾਉਣਾ ਜ਼ਿਆਦਾ ਜ਼ਰੂਰੀ ਹੈ ਜਾਂ ਮਾਂ ਜ਼ਿਆਦਾ ਜ਼ਰੂਰੀ? ਕੀ ਹੈ ਜੀ ਜ਼ਿਆਦਾ ਇੰਪੋਰਟੈਂਟ, ਖਿਡਾਉਣਾ ਹੈ ਜਾਂ ਮਾਂ?
ਪਰਮਾਤਮਾ ਨੇ ਜੋ ਚੀਜ਼ਾਂ ਦਿੱਤੀਆਂ ਸੀ ਉਹਨਾਂ 'ਚ ਜ਼ਿਆਦਾ ਮਸਤ ਹੋ ਗਏ, ਗੁਰੂ ਤੋਂ ਪਰਮਾਤਮਾ ਨੂੰ ਭੁੱਲ ਗਏ। ਅਤੇ ਗੁਰੂ ਸਾਹਿਬ ਕਹਿੰਦੇ ਨਹੀਂ, ਇੱਥੇ ਤੂੰ ਆਇਆ ਜਿਹੜਾ ਭਾਈ ਪ੍ਰਾਪਤ ਮਨੁੱਖ ਦੇਹੋਰੀਆ ਗੋਬਿੰਦ ਮਿਲ ਨਹੀਂ, ਇਹ ਤੇਰੀ ਬਣੀ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਬਾਕੀ ਦੇ ਕੰਮ ਹੈ ਤੇਰੇ, ਉਹ ਇੰਨੇ ਕੰਮ ਨਹੀਂ ਆਉਣੇ ਜਿੰਨਾ ਪਰਮਾਤਮਾ। ਔਰ ਮੈਂ ਇਹ ਕਹਿੰਦਾ ਸਾਨੂੰ ਸਵੇਰ ਸ਼ਾਮ ਦੇਖੋ ਸਾਡਾ ਭੋਜਨ ਦੋ ਤਰ੍ਹਾਂ, ਕਿਸੇ ਬੰਦੇ ਨੂੰ ਅਸੀਂ ਇਹ ਕਹੀਏ ਤੂੰ ਰੋਟੀ ਛੱਡ ਜਾ, ਰੋਟੀ ਨਾ ਖਾ, ਦੱਸਿਓ ਕਿੰਨਾ ਚਿਰ ਜੀਊਗਾ, ਸਰੀਰ ਕਮਜ਼ੋਰ ਹੋਏਗਾ ਮਨ। ਜੇ ਸਰੀਰ ਦੀ ਰੋਟੀ ਤਿੰਨ ਟਾਈਮ ਖਾਣੀ ਜ਼ਰੂਰੀ ਹੈ, ਤਨ ਦਾ ਭੋਜਨ, ਕਿਉਂਕਿ ਤਨ ਨੂੰ ਤਾਕਤ ਰੋਟੀ ਤੋਂ ਹੀ ਮਿਲਦੀ, ਜੇ ਤਨ ਦਾ ਭੋਜਨ ਤਿੰਨ ਟਾਈਮ ਜ਼ਰੂਰੀ ਹੈ ਤੇ ਮਨ ਦਾ ਭੋਜਨ ਜ਼ਰੂਰੀ ਨਹੀਂ। ਇੱਥੋਂ ਆ ਕੇ ਮਨ ਦਾ ਭੋਜਨ ਮਿਲਣਾ ਹੈ, ਕਿਉਂਕਿ ਮੈਂ ਪਹਿਲੇ ਵੀ ਦੱਸ ਦਿੱਤਾ ਹੈ ਮਨ ਨਿਦਾਨ ਹੈ, ਮਨ ਬਹੁਤ ਕਮਜ਼ੋਰ ਹੁੰਦਾ ਹੈ, ਪਰ ਗੁਰਬਾਣੀ ਉਸ ਮਨ ਨੂੰ ਸਿਆਣਾ ਤੇ ਮਜ਼ਬੂਤ ਬਣਾਉਂਦੀ। ਤੇ ਜੇ ਅਸੀਂ ਗੁਰਬਾਣੀ ਦੇ ਨਾਲ ਨਹੀਂ ਜੁੜਾਂਗੇ ਮਨ ਕਿੱਥੇ ਹੈਗਾ। ਕਰ ਗਏ ਲੀਲੀ ਪਾਰਕਾ ਬਹੁਤ ਨਾ ਵਿਛੜੀਆ, ਔਰ ਜਿਨ੍ਹਾਂ ਦਾ ਹੱਥ ਗੁਰੂ ਨੇ ਪਰਮਾਤਮਾ ਨੇ ਫੜ ਲਿਆ ਫਿਰ ਉਹ ਗੁਰੂ ਤੋਂ ਵਿਛੜਦੇ ਨੇ, ਫਿਰ ਉਹ ਬੰਦ ਬੰਦ ਵੀ ਘਟਾ ਜਾਂਦੇ ਆ ਤੇ ਰੱਬ ਨਾਲ ਜੁੜੇ ਰਹਿੰਦੇ, ਫਿਰ ਉਹ ਤੱਤੀ ਤਵੀ ਤੇ ਵੀ ਬੈਠ ਜਾਂਦੇ ਆ ਤੇ ਤੱਤੀ ਤਵੀ ਤੇ ਬੈਠ ਕੇ ਵੀ ਉਹ ਗੁਰੂ ਦੇ ਨਾਲ ਜੁੜੇ ਰਹਿੰਦੇ ਆ। ਔਰ ਅਸੀਂ ਗੁਰੂ ਦੇ ਨਾਲ ਇਸੇ ਤਰ੍ਹਾਂ ਹੀ ਜੁੜਨਾ ਹੈ, ਸਾਡਾ ਮਨ ਗੁਰੂ ਦੇ ਨਾਲ ਚਾਹੀਦਾ ਹੈ, ਕਿਉਂਕਿ ਯਾਦ ਰੱਖੋ ਹੱਥ ਕਾਰ ਬੰਦੇ ਚਿੱਤ ਕਰਤਾਰ, ਹੱਥ ਸਾਡੇ ਕਾਰ ਚ ਚਾਹੀਦੇ ਆ, ਚਿੱਤ ਕਰਤਾਰ ਚ ਚਾਹੀਦਾ। ਬਾਹਰ ਜਾਓ ਲੱਖ ਬੇਰੀਆਂ ਹਰ ਸੱਜਣ ਅਗਮ ਅਗਾ ਹੋ, ਉਹ ਮੈਂ ਪਰਮਾਤਮਾ ਤੋਂ ਸਦਾ ਹੀ ਬਾਤ ਨਹੀਂ ਜਾਂਦਾ, ਕਿਉਂਕਿ ਉਹ ਪਰਮਾਤਮਾ ਜਿਹੜਾ ਉਹ ਅਗਮ ਤੇ ਅਗਾ ਹੈ। ਸਰਬ ਪਈ ਨਰੈਣੇ ਨਾਨਕ ਦਰ ਪਈ ਆਹੋ, ਔਰ ਜਿਹੜੇ ਉਸ ਪ੍ਰਭੂ ਦੇ ਦਰ ਤੇ ਆ ਕੇ ਪੈ ਜਾਂਦੇ ਆ ਨਾ ਡਿੱਗ ਜਾਂਦੇ ਆ, ਪਰਮਾਤਮਾ ਉਹਨਾਂ ਦੀ ਜਿਹੜਾ ਉਹ ਇੱਜ਼ਤ ਰੱਖਦਾ ਹੈ, ਕਿਉਂਕਿ ਪ੍ਰਭੂ ਦਾ ਸੁਭਾਅ ਹੀ ਲੋਕਾਂ ਦੀ ਇੱਜ਼ਤ ਰੱਖਦਾ, ਪ੍ਰਭੂ ਦਾ ਸੁਭਾਅ ਹੀ ਲੋਕਾਂ ਦਾ ਭਲਾ ਕਰਨਾ ਹੈ, ਉਹ ਭਲਾ ਕਰਦਾ। ਉਹ ਸਵੰਦਾ ਸਰਬ ਸੁਖ ਜਿਸ ਬਖਸ਼ੇ ਦੇ ਪਰਵਾਹ, ਉਹਦੇ ਮਹੀਨੇ ਦੁਆਰਾ ਉਹ ਪਰਮਾਤਮਾ ਸਾਰੇ ਹੀ ਸੁੱਖ ਦਿੰਦਾ ਹੈ, ਤੇ ਉਸ ਪਰਮਾਤਮਾ ਦੇ ਦਿੱਤੇ ਸੁੱਖ ਜਦੋਂ ਮਿਲਦੇ ਆ ਦੁਨਿਆਵੀ ਸੁੱਖ ਉਹਨਾਂ ਦੇ ਬਹੁਤ ਛੋਟੇ ਰਹਿ ਜਾਂਦੇ ਨੇ। ਤੇ ਇਹ ਸਾਡੇ ਇਸ ਅੱਜ ਦੇ ਮਹੀਨੇ ਦੀ ਵਿਚਾਰ ਕਰਦੇ ਹੋਈਆਂ ਗਲਤੀਆਂ ਬਣਾ ਚੁੱਕਾ ਦੇ ਦੇਵਾਂ, ਔਰ ਇਹ ਮੈਂ ਜ਼ਰੂਰ ਕਹਿ ਦੇਵਾਂ ਆਪਣਾ ਇੱਕ ਮਿਸ਼ਨ ਇੱਕ ਮਕਸਦ ਕਿ ਗੁਰਬਾਣੀ ਦੇ ਨਾਲ ਵੀ ਅਸੀਂ ਜੁੜਨਾ ਅਤੇ ਜ਼ਿੰਦਗੀ ਦੇ ਕਾਰੋਬਾਰ ਵਿਹਾਰਾਂ 'ਚ ਵੀ ਸਫਲ ਹੋਣਾ ਹੈ, ਖਾਸ ਕਰਕੇ ਆਪਣੇ ਬੱਚਿਆਂ ਨੂੰ। ਇਸੇ ਮਨੋਰਥ ਦੇ ਵਾਸਤੇ ਇਹ ਜਿਹੜੇ ਅਸੀਂ ਹੈ ਥਾਂ ਥਾਂ 'ਤੇ ਜਾ ਕੇ ਪ੍ਰੋਗਰਾਮ ਕਰਦੇ ਹਾਂ, ਤਾਂ ਕਿ ਅਸੀਂ ਜ਼ਿੰਦਗੀ 'ਚ ਵੀ ਅੱਗੇ ਵਧੀਏ, ਆਪਣੇ ਗੁਰੂ ਗੁਰਬਾਣੀ ਦੇ ਨਾਲ ਵੀ ਜੁੜੀਏ। ਇਹ ਸਾਡਾ ਮਨੋਰਥ ਹੈ, ਔਰ ਇਸ ਮਨੋਰਥ ਦੇ ਵਿੱਚ ਜੋ ਤੁਸੀਂ ਸਹਿਯੋਗ ਦਿੰਦੇ ਅਸਲ ਵਿੱਚ ਇਹ ਜੋ ਆਪਣੇ ਕੋਲ ਸਹਿਯੋਗ ਦੀ ਮਾਇਆ